ਨੂੰ 8 ਵਾਰੀ ਬੁਲਾਇਆ ਤੇ 0 ਵਾਰੀ ਪੇਸ਼ ਹੋਏ, ਕਿਉਂਕਿ ਮਨ 'ਚ ਚੋਰ ਹੈ। ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ। ਕੋਰਟਾਂ ਨੇ ਇਸ ਕੇਸ 'ਚ ਫੈਸਲੇ ਸੁਣਾਤੇ ਆ, ਮਗਰ ਮੈਂ ਨਾ ਮਾਨੂੰ ਤਾਂ ਇਲਾਜ ਕੋਈ ਨਹੀਂ। ਕਿ ਭਾਊ ਬਿਗ ਬੌਸ ਫੇਲ ਕਰਤਾ ਪਰਸੋਂ ਤੂੰ ਵਿਧਾਨ ਸਭਾ 'ਚ, ਇੰਨਾ ਤਾਂ ਉੱਥੇ ਟਪੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ 'ਚ ਮਾਰ ਪਈ। ਆਵਾ ਤੇਰੀ ਅੱਖੀਆਂ 'ਚ ਅੱਖਾਂ ਪਾ ਲਈਆਂ ਪ੍ਰਤਾਪ ਬਾਜਵਾ, ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੁੰਨ ਹੋ ਜਾਣਾ। ਤੂੰ ਪਤਾ ਨਹੀਂ ਕੀ ਕੁਛ ਖਾ ਪੀ ਕੇ ਆਉਂਦਾ ਵਿਧਾਨ ਸਭਾ 'ਚ, ਜੋ ਹਾਲਾਤ ਬਣੇ ਆ। ਦੇਖੋ ਲੀਡਰ ਆਫ ਆਪੋਜੀਸ਼ਨ ਨੂੰ ਇਹ ਕਹਿਣਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਚਾਹੁੰਦਾ, ਕੀ ਉਹ ਬਜਟ ਦਾ ਕਿਹੜੇ ਗਵਰਨਰ ਐਡਰੈਸ ਦਾ ਹਿੱਸਾ ਹੋ। ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਹੈ, ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਬੇਨਤੀ ਹੈ, ਇਹਦਾ ਕੋਈ ਇਲਾਜ ਲੂਜ ਕਰਾ ਦਿਓ, ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ। ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ, ਹੁਣ ਹਿੱਲ ਗਏ ਆ। MSP ਦਾ ਕਿੱਥੇ ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐਂ, ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ, ਕੀ ਪਤਾ ਐਂ ਦੇ ਦਿਓ MSP 'ਤੇ। ਇਹਨੂੰ ਦੌਰਾ ਪੈ ਗਿਆ, ਇਹਨੂੰ ਜੁੱਤੀ ਸੰਘਾਓ। ਮੈਨੂੰ ਤਾਂ ਲੱਗਦਾ ਜੋ ਵਿਧਾਨ ਸਭਾ 'ਚ ਕਰਤੂਤ ਮੁੱਖ ਮੰਤਰੀ ਕਰ ਰਿਹਾ, ਦੌਰਾ ਤਾਂ ਇਹਨੂੰ ਪਿਆ ਸੀ ਕੋਈ। ਇਹਨੂੰ 8 ਵਾਰੀ SIT ਨੇ ਬੁਲਾਇਆ, 7 ਵਾਰੀ ਮੈਂ ਪੇਸ਼ ਹੋਇਆ। ਕਈ ਹੁੰਦੇ ਆ ਜਿਹੜੇ ਜਿਉਂਦੇ ਜੀ ਮਰੇ ਹੁੰਦੇ ਆ, ਮੁਰਦਾ ਦਿਲ, ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਵਰਗੇ ਨਿਕੂ, ਜਿਹਨੂੰ 8 ਵਾਰੀ ਬੁਲਾਇਆ ਤੇ 0 ਵਾਰੀ ਪੇਸ਼ ਹੋਏ, ਕਿਉਂਕਿ ਮਨ 'ਚ ਚੋਰ ਹੈ। ਸ਼ਰਾਬ ਘੁਟਾਲਾ ਪੰਜਾਬ ਦਾ, ਦਿੱਲੀ ਦਾ, ਜਿਹਦੇ 'ਚ ਉਹਨਾਂ ਦੇ ਮੰਤਰੀ ਡੈਪਟੀ ਚੀਫ ਮਿਨਿਸਟਰ ਸਾਰੇ ਅੰਦਰ ਦਿੱਤੇ ਹੋਏ, ਸਿਸੋਦੀਆ, ਸੰਜੇ ਸਿੰਘ ਜੈਨ, ਅਤੇ ਹੁਣ ਉਹਨਾਂ ਦੀ ਵੀ ਵਾਰੀ ਨੇੜੇ ਜਾਪਦੀ ਹੈ। ਇਸ ਲਈ ਭਰਾਓ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਇੱਕ ਲੋਅ ਅਬਾਈਡਿੰਗ ਸਿਟੀਜ਼ਨ ਹਾਂ, ਕਾਨੂੰਨ 'ਚ ਵਿਸ਼ਵਾਸ ਹੈ, ਔਰ ਇਹੀ ਹੈ। ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ। ਕੋਰਟਾਂ ਨੇ ਇਸ ਕੇਸ 'ਚ ਫੈਸਲੇ ਸੁਣਾਤੇ ਆ, ਮਗਰ ਮੈਂ ਨਾ ਮਾਨੂੰ ਤਾਂ ਇਲਾਜ ਕੋਈ ਨਹੀਂ। ਉਹ ਥੋੜ੍ਹਾ ਮੈਂ ਬੋਲਬਾਲ ਪੈਂਦਾ ਪੈਗਵੰਤ ਸਿੰਘ ਮਾਨ ਦੇ ਖਿਲਾਫ, ਉਹਨੂੰ ਢਿੱਡ ਪੀੜ ਹੋ ਜਾਂਦੀ ਹੈ। ਵੈਸੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਊ ਬਿਗ ਬੌਸ ਫੇਲ ਕਰਤਾ ਪਰਸੋਂ ਤੂੰ ਵਿਧਾਨ ਸਭਾ 'ਚ, ਇੰਨਾ ਤਾਂ ਉੱਥੇ ਟਪੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ 'ਚ ਮਾਰ ਪਈ। ਔਰ ਤਾਲਾ ਲੈ ਕੇ ਆਇਆ ਸੀ, ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਅਤੇ ਧਰਮ ਪਤਨੀ ਜੀ ਨੂੰ ਬੇਨਤੀ ਹੈ ਕਿ ਉਹ ਅਲਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ, ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ, ਗਲਤ ਬੋਤਲ ਨੂੰ ਹੱਥ ਪੈ ਜਾਂਦਾ ਅਤੇ ਵਿਧਾਨ ਸਭਾ 'ਚ ਗਾਹ ਪਾਉਂਦਾ ਫਿਰਦਾ। ਵੇਖੋ ਪ੍ਰਤਾਪ ਸਿੰਘ ਬਾਜਵਾ ਨੂੰ, ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ, ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ। ਭਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾ ਲਈਆਂ ਪ੍ਰਤਾਪ ਬਾਜਵਾ, ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੁੰਨ ਹੋ ਜਾਣਾ। ਤੂੰ ਪਤਾ ਨਹੀਂ ਕੀ ਕੁਛ ਖਾ ਪੀ ਕੇ ਆਉਂਦਾ ਵਿਧਾਨ ਸਭਾ 'ਚ, ਜੋ ਹਾਲਾਤ ਬਣੇ ਆ।
ਦੇਖੋ ਲੀਡਰ ਆਫ ਆਪੋਜੀਸ਼ਨ ਨੂੰ ਇਹ ਕਹਿਣਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਚਾਹੁੰਦਾ, ਕੀ ਉਹ ਬਜਟ ਦਾ ਕਿਹੜੇ ਗਵਰਨਰ ਐਡਰੈਸ ਦਾ ਹਿੱਸਾ? ਉਹ ਸ਼ਾਇਦ ਪੰਜਾਬ ਦੇ ਇਤਿਹਾਸ 'ਚ, ਦੇਸ਼ ਦੇ ਇਤਿਹਾਸ 'ਚ, ਦੁਨੀਆ ਦੇ ਇਤਿਹਾਸ 'ਚ ਕਿਸੇ ਲੀਡਰ ਆਫ ਦ ਹਾਊਸ ਨੇ ਜਿਹਦਾ ਕੰਮ ਹੈ ਵਿਧਾਨ ਸਭਾ ਚਲਾਉਣਾ, ਪੰਜਾਬ ਦੇ ਭਲੇ ਦੇ ਫੈਸਲੇ ਕਰਨੇ, ਉੱਥੇ ਜੋ ਹਰਕਤਾਂ ਕਰਤੂਤਾਂ ਕੀਤੀਆਂ ਨਾ ਪਹਿਲਾਂ ਨਾ ਅੱਗੇ ਕਦੇ, ਐਡੀ ਸ਼ਰਮਸਾਰ ਪ੍ਰੋਸੀਡਿੰਗ ਸ਼ਾਇਦ ਕੋਈ ਮੁੱਖ ਮੰਤਰੀ ਦੀ, ਲੀਡਰ ਆਫ ਦ ਹਾਊਸ ਦੀ ਵੇਖਣ ਨੂੰ ਮਿਲੂਗੀ। ਜਿਹੜਾ ਲੀਡਰ ਆਫ ਦ ਹਾਊਸ ਆਪ ਹੀ ਵੈਲ 'ਚ ਆਉਣ ਨੂੰ ਫਿਰਦਾ ਸੀ, ਉਹਨੂੰ ਮਸਾਂ ਹਟਾਇਆ ਲੋਕਾਂ ਨੇ, ਇਹ ਤੋਂ ਪਤਾ ਲੱਗਦਾ ਹੈ ਕਿ ਦਿਮਾਗ 'ਤੇ ਕਿਸ ਤਰੀਕੇ ਦਾ ਬੋਝ ਪਿਆ। ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਹੈ, ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਬੇਨਤੀ ਹੈ, ਤਾਂ ਕੋਈ ਇਲਾਜ ਲੂਜ ਕਰਾ ਦਿਓ, ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ। ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ, ਹੁਣ ਹਿੱਲ ਗਏ ਆ? ਨਾ ਕਰੋ ਭਾਈ ਇਹੋ ਜਿਹੇ ਕੰਮ, ਗੱਲ ਕਰੋ ਪੰਜਾਬ ਦੀ। ਔਰ ਕੱਲ੍ਹ ਜਿਹੜਾ ਬਜਟ ਪੇਸ਼ ਹੋਇਆ, ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦਾਂਗੇ, 374,000 ਕਰੋੜ ਤਾਂ ਆਪਦੇ ਮੂੰਹੋਂ ਮੰਨਦੇ ਹੈ ਕਿ ਕਰਜ਼ਾ ਚੜ੍ਹ ਜਾਣਾ। ਕਹਿਣ ਦਾ ਭਾਵ ਕਿ ਜਦ ਤੱਕ ਸਾਲ ਦਾ ਖਤਮ ਹੋਣਾ, ਮੇਰੇ ਹਿਸਾਬ ਨਾਲ 4,00,000 ਕਰੋੜ 'ਤੇ ਜਾਊ। ਹਰ ਪੰਜਾਬੀ 'ਤੇ ਕੋਈ 1,25,00,000 ਦੇ ਨੇੜੇ ਤੇੜੇ ਇੱਕ ਬੰਦੇ 'ਤੇ ਕਰਜ਼ਾ ਚੜ੍ਹ ਜਾਣਾ। ਔਰ ਰਿਜ਼ਲਟ ਕੀ ਹੈ? ਡਿਵੈਲਪਮੈਂਟ 0, ਕੈਪੀਟਲ ਐਕਸਪੈਂਡੀਚਰ ਮਤਲਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਕੋਈ ਪੈਸੇ ਨਹੀਂ, ਐਗਰੀਕਲਚਰ ਲਈ ਪੈਸੇ ਘਟਾ ਤੇ, ਡਾਈਵਰਸੀਫਿਕੇਸ਼ਨ ਪੈਸੇ ਘਟਾ ਤੇ। ਜਿਹੜੇ ਕਹਿੰਦੇ ਸੀ ਅਸੀਂ MSP ਦੇਵਾਂਗੇ, MSP ਦਾ ਕਿੱਥੇ? ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ, ਐਂ ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ, ਕੀ ਪਤਾ ਐਂ ਦੇ ਦਿਓ MSP 'ਤੇ। ਬੀਬੀ ਗਨਮੋਲ ਕੌਰ, ਅਨਮੋਲ ਨੇ ਕੰਮ ਇਹੋ ਜਿਹੀ ਕਰਨੇ ਆ, ਉਹਨੂੰ ਬਣਾ ਦਿਓ, ਨਹੀਂ ਤਾਂ ਖਜ਼ਾਨਾ ਮੰਤਰੀ ਅਤੇ CM ਸ਼ਾਇਦ MSP ਦੇਈ ਦੇਵੇ 23 ਫਸਲਾਂ 'ਤੇ। MSP ਵਾਸਤੇ ਕੋਈ ਪ੍ਰੋਵੀਜ਼ਨ ਨਹੀਂ, 1,000 ਰੁਪਏ ਧੀਆਂ ਭੈਣਾਂ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ। ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਹੇ ਆ, ਨੌਜਵਾਨ ਵਾਸਤੇ, ਇੰਡਸਟਰੀ ਵਾਸਤੇ ਕੋਈ ਬਜਟ 'ਚ ਪ੍ਰੋਵੀਜ਼ਨ ਨਹੀਂ ਰੱਖੇ ਆ। ਡਿਵੈਲਪਮੈਂਟ ਵਾਸਤੇ, ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਸਾਰਾ ਕੰਮ ਕੈਪੀਟਲ ਐਕਸਪੈਂਡੀਚਰ ਘਟਾ ਤਾ। ਵਿਧਾਨ ਸਭਾ 'ਚ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ, ਲੀਡਰ ਆਫ ਦੀ ਆਪੋਜੀਸ਼ਨ ਪਜਾਮੀ ਕਿਹੋ ਜਿਹੀ ਪਾਉਂਦਾ, ਤੂੰ ਇੱਥੇ ਆ ਕੇ ਬਹਿ ਜਾ, ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ, ਇਹ ਕਿਹੜਾ ਪੰਜਾਬ ਦਾ ਭਲਾ ਹੋਜੂ ਇਹਦੇ ਨਾਲ? ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ। ਬਾਕੀ ਮੈਂ ਹਾਂਜੀ, ਦਲਿਤ ਸੀਐਮ ਨੂੰ ਲੈ ਕੇ ਇੱਕ ਲੜਾਈ ਦਿਖਾਈ ਦੇ ਰਹੀ ਹੈ, ਜਿਵੇਂ ਸੁਰਿੰਦਰ ਕੋਟਲੀ ਨੇ ਮੁੱਦਾ ਚੁੱਕਿਆ ਕਿ ਦਲਿਤਾਂ ਨੂੰ ਮਾੜਾ ਚੰਗਾ ਬੋਲਿਆ ਗਿਆ, ਪਰ ਇੱਕ ਸੀਐਮ ਦਲਿਤ ਸੀਐਮ ਦੀ ਗੱਲ ਕੀਤੀ ਸੀ ਕਿ ਡਿਪਟੀ ਸੀਐਮ ਹੋਣਾ ਚਾਹੀਦਾ, ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ? ਦੇਖੋ ਕੇਜਰੀਵਾਲ ਸਾਹਿਬ ਨੂੰ, ਭਗਵੰਤ ਮਾਨ ਨੂੰ, ਜਿਹਨੂੰ ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਜੁਗਨੂੰ ਬੁਲਾਉਂਦੇ ਆ, ਅਤੇ ਦਾਸ ਵੀ ਉਹਨੂੰ ਜੁਗਨੂੰ ਬੁਲਾਉਂਦਾ, ਜੁਗਨੂੰ ਨੂੰ ਕੋਈ ਗਰੰਟੀ ਯਾਦ ਕਰਾ ਦੇਵੇ ਉਹਦੀ, ਜਾਂ ਜੁਗਨੂੰ ਨੂੰ ਕੋਈ ਉਹਦਾ ਵਾਅਦਾ ਯਾਦ ਕਰਾ ਦੇਵੇ, ਅਤੇ ਉਹਦੇ ਬਾਰੇ ਫਿਰ ਉਹਦੇ ਖਿਲਾਫ ਟਿੱਪਣੀ ਕਰਦੇ ਆ। ਔਰ ਬੜੇ ਅਫਸੋਸ ਦੀ ਗੱਲ ਹੈ
ਚੀਫ ਮਨਿਸਟਰ ਸ਼ੁੱਡ ਅਪੋਲੋਜਾਈਜ਼, ਚੀਫ ਮਨਿਸਟਰ ਅਸਤੀਫਾ ਦੇਵੇ ਜਾਂ ਉਹਦੇ ਖਿਲਾਫ਼ ਪਰਚਾ ਦਰਜ ਹੋਵੇ, ਕਿਉਂਕਿ ਇੱਕ ਦਲਿਤ ਭਾਈਚਾਰੇ ਨਾਲ ਗੁਰੂ ਰਵਿਦਾਸ ਮਹਾਰਾਜ ਦੀ ਪੈਰੋਕਾਰ ਗੁਰੂ ਰਵਿਦਾਸ ਮਹਾਰਾਜ ਦੇ ਰਵਿਦਾਸੀਆ ਭਾਈਚਾਰੇ ਕਮਿਊਨਿਟੀ 'ਚੋਂ ਸੰਬੰਧਿਤ ਇੱਕ MLA ਨੇ ਸਿਰਫ ਗਰੰਟੀ ਯਾਦ ਕਰਾਈ, ਔਰ ਉਸ ਗਰੰਟੀ ਯਾਦ ਕਰਾਉਣ ਦਾ ਉਹਨੂੰ ਇਹ ਕਿਹਾ ਗਿਆ ਕਿ ਇਹਨੂੰ ਦੌਰਾ ਪੈ ਗਿਆ, ਇਹਨੂੰ ਜੁੱਤੀ ਸੰਘਾਓ। ਮੈਨੂੰ ਤਾਂ ਲੱਗਦਾ ਜੋ ਵਿਧਾਨ ਸਭਾ 'ਚ ਇਹ ਕਰਤੂਤ ਮੁੱਖ ਮੰਤਰੀ ਕਰ ਰਿਹਾ, ਦੌਰਾ ਤਾਂ ਇਹਨੂੰ ਪਿਆ ਸੀ, ਕੋਈ ਇਲਾਜ ਤਾਂ ਇਹਦਾ ਕਰਾਉਣ ਵਾਲਾ, ਅਤੇ ਜਿਹੜਾ ਗਰੰਟੀ ਯਾਦ ਕਰਾਵੇ ਉਹਨੂੰ ਤੁਸੀਂ ਜਾਤੀ ਸੂਚਕ ਟਾਰਗੇਟ 'ਚ ਲਓ ਕਿ ਇੱਕ ਪਰਟੀਕੁਲਰ ਕਮਿਊਨਿਟੀ ਨੂੰ, ਜੇ ਇਸ ਕਮਿਊਨਿਟੀ 'ਚ ਸਾਨੂੰ ਸਭ ਨੂੰ ਬੜਾ ਮਾਣ ਹੈ, ਉਹਦਾ ਅਸੀਂ ਸਤਿਕਾਰ ਕਰਦੇ ਹਾਂ, ਅਤੇ ਚੀਫ ਮਿਨਿਸਟਰ ਇਹੋ ਜਿਹੀ ਸ਼ਬਦਾਵਲੀ ਵਰਤੇ ਕਿ ਇਹਨੂੰ ਜੁੱਤੀ ਸੰਘਾ ਦਿਓ, ਇਟ ਜਸਟ ਗੋਸ ਟੂ ਸ਼ੋ ਕਿ ਮੈਂਟਲ ਲੈਵਲ, ਮੈਂਟਲ ਸਿਕਨੈਸ ਮੁੱਖ ਮੰਤਰੀ ਸਾਹਿਬ ਦੇ ਕੇਸ ਪੱਧਰ 'ਤੇ ਹੋ ਗਈ। ਇਸ ਲਈ ਅੱਜ ਮੈਂ, ਹਾਂਜੀ ਮੁੱਖ ਮੰਤਰੀ ਜੀ ਕਹਿ ਰਹੇ ਮੈਂ 13 ਦੀਆਂ 13 ਲੋਕ ਸਭਾ ਜਿੱਤਾਂਗੇ, ਪਰ ਅਕਾਲੀ ਦਲ ਔਰ ਬੀਜੇਪੀ ਦਾ ਕੋਈ ਔਖਾ ਹੋ ਰਿਹਾ? ਪ੍ਰਨੀਤ ਕੌਰ ਵਧੀਆ ਬੋਲਿਆ ਨੂੰ ਮਾਤ ਦਊਂਗਾ ਜੀ ਆਮ ਆਦਮੀ ਪਾਰਟੀ। ਇਸ ਤਰ੍ਹਾਂ ਮੇਰਾ ਵੀਰ ਮੁੱਖ ਮੰਤਰੀ ਤਾਂ ਬਹੁਤ ਕੁਝ ਬੋਲਦਾ, ਔਰ ਜਿੰਨਾ ਕੁਛ ਉਹ ਬੋਲਦਾ ਉਹਦੇ ਬਾਰੇ ਮੈਂ ਤਾਂ ਹਰ ਗੱਲ 'ਤੇ ਤਾਂ ਉਹਦੀ ਟਿੱਪਣੀ ਨਹੀਂ ਕਰ ਸਕਦਾ, ਮਗਰ ਲੋਕਾਂ ਨੇ ਫੈਸਲਾ ਕਰਨਾ ਹੈ, 13-0 ਹੋਣਾ ਕਿ 0-13 ਹੋਣਾ ਹੈ, ਲੋਕਾਂ ਨੂੰ ਹਲੇ ਵੋਟਾਂ ਤਾਂ ਪਾ ਲੈਣ ਦਿਓ, ਇਹਨੇ ਕਿਹੜੀ ਵਿੱਚ ਵੜ ਗਿਆ ਕਿਹੜੀ ਮਸ਼ੀਨ ਦੇ ਇਹ ਪਹਿਲਾਂ ਹੀ। ਨਹੀਂ ਸਪੀਕਰ ਤਾਂ ਵਿਚਾਰਾ ਹੱਥ ਖੜੇ ਕਰ ਗਿਆ, ਬਾਜਵਾ ਸਾਹਿਬ ਦੀ ਪਜਾਮੀ ਦਿਸ ਪਈ ਤੇ ਸਪੀਕਰ ਦੀ ਨਾ ਦਿਸੀ ਉਹਨੂੰ, ਸਪੀਕਰ ਸਾਹਿਬ ਨੂੰ ਚਾਹੀਦਾ ਸੀ ਕਿ ਕਿਸੇ ਦੇ ਪਰਿਵਾਰ ਬਾਰੇ ਕੋਈ ਟਿੱਪਣੀ ਹੋ ਰਹੀ ਹੈ ਜਾਂ ਜਿਹੜੇ ਉਸ ਵਿਧਾਨ ਸਭਾ ਦੇ ਮੈਂਬਰ ਨਹੀਂ ਹੈ, ਕੋਈ ਵਿਧਾਨ ਸਭਾ ਦੀਆਂ ਪਰੰਪਰਾਵਾਂ ਨੇ, ਜਿਹੜੇ ਮੈਂਬਰ ਹਾਜ਼ਰ ਨਾ ਹੋਣ ਜਾਂ ਜਿਹੜੇ ਮੈਂਬਰ ਇਸ ਦੁਨੀਆ 'ਚ ਨਾ ਹੋਣ ਜਾਂ ਜਿਹੜੇ ਮੈਂਬਰ ਦੇ ਵਜੋਂ ਨਾ ਹੋਣ ਮੌਕੇ 'ਤੇ, ਉਹਨਾਂ ਬਾਰੇ ਫਜ਼ੂਲ ਦੀ ਟਿੱਪਣੀ ਕਰੀ ਜਾਣੀ ਕਿ ਇਹਦੇ ਨਾਲ ਪੰਜਾਬ ਦਾ ਭਲਾ ਹੋ ਰਿਹਾ? ਮੁਲਾਜ਼ਮਾਂ ਨੂੰ ਤੁਸੀਂ ਓਲਡ ਪੈਨਸ਼ਨ ਸਕੀਮ ਨਹੀਂ ਦੇ ਰਹੇ, ਮੁਲਾਜ਼ਮਾਂ ਦਾ DA ਨਹੀਂ ਦੇ ਰਹੇ, ਨੌਜਵਾਨ ਨੂੰ ਨੌਕਰੀ ਨਹੀਂ ਮਿਲ ਰਹੀ, ਪੰਜਾਬ ਦੀ ਇੰਡਸਟਰੀ ਨੂੰ ਤਾਲੇ ਲੱਗ ਗਏ ਆ, ਉਹਦੇ ਬਾਰੇ ਜ਼ਿਕਰ ਕੋਈ ਨਹੀਂ। ਤਾਲਾ ਤਾਂ ਮੇਰਾ ਵੀਰ ਉਹਨੂੰ ਆਪਦੇ ਮੂੰਹ 'ਤੇ ਲਾ ਲੈਣਾ ਚਾਹੀਦਾ, ਪੰਜਾਬ ਦਾ ਭਲਾ ਹੋ ਜਾਵੇ, ਇੱਕ ਚੁੱਪ ਤੇ 100 ਸੁੱਖ। ਚਾਰ ਪੰਜ ਵਾਰੀ ਨੀ ਆ ਚੁੱਕਿਆ, 8 ਵਾਰੀ ਆ ਚੁੱਕਿਆ, ਔਰ 6 ਸਿੱਟਾਂ ਬਦਲ ਗਈਆਂ। ਹੁਣ ਜਿਹੜੀ ਸਿੱਟ ਕੋਲ ਆਇਆ ਨਾ, ਇਹ ਸਿੱਟ ਨਹੀਂ ਹੈ, ਇਹ ਬੇਸਿੱਟਾ ਹੈ, ਇਹ ਭਗਵੰਤ ਮਾਨ ਦੀ ਕਿਚਨ ਕੈਬਨਿਟ ਹੁੰਦੀ ਹੈ ਨਾ, ਕਿਚਨ ਕੈਬਨਿਟ ਸਿੱਟ ਹੈ ਉਹਦੀ। ਇੱਕ ਭਾਈ ਸਾਹਿਬ SSP ਸਾਹਿਬ, ਇੱਕ ਇੱਥੇ ਇੱਕ ਨਾ ਕੋ ਹੈਗਾ, ਤੈਨੂੰ ਪਤਾ ਹੋਣਾ, ਅਕ੍ਰਿਤੀ ਬਾਈ ਸ਼ਕੁਨ, ਉੱਥੇ ਬੜੀ ਸ਼ਾਪਿੰਗ ਕਰਾਉਂਦੇ ਆ CM ਪਰਿਵਾਰ ਨੂੰ। ਇਹ ਤਾਂ ਉਹ ਲੋਕ ਨੇ ਜਿਹੜੇ ਇਹਨਾਂ ਨੂੰ CM ਜੋ ਕਹਿ ਦਿੰਦਾ, ਜਿੱਦਣ ਮਜੀਠੀਆ ਵੱਧ ਬੋਲ ਪੈਂਦਾ ਉੱਦਣ ਸੱਦ ਲੈਂਦੇ ਆ, ਮੈਂ ਵੀ ਆ ਜਾਂਦਾ, ਮੇਰਾ ਵੀ ਦਿਲ ਲਵਾ ਦਿਆ, ਇਹਨਾਂ ਵੀ ਲੱਗ ਜਾਂਦਾ ਹੁੰਦਾ। ਉਹ ਕੇਜਰੀਵਾਲ ਵਿਚਾਰਾ ਡਰਦਾ, ਉਹਨੂੰ ਮੈਂ ਕੁੱਛੜ ਚੱਕ ਕੇ ਲੈ ਕੇ ਜਾਊਂ ਜਿੱਦਣ ED ਕੋਲ ਜਾਣਾ, ਐ ਨਹੀਂ ਜਾਂਦਾ ਜਿਵੇਂ ਨਿਆਣਾ ਹੁੰਦਾ ਨਾ।
ਨਿਆਣੇ ਨੂੰ ਜਦੋਂ ਸਕੂਲ ਭੇਜਣਾ ਉਹ ਚੀਕਾਂ ਮਾਰਨ ਲੱਗ ਪੈਂਦਾ, ਨਿੱਕਾ ਨਿਆਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ, ਉਹ ਹਾਲ ਉਹਦਾ ਈਡੀ ਦੇ ਕੋਲ ਜਾਣ ਤੋਂ। ਭਾਈ ਤੂੰ ਤਾਂ ਐਡਾ ਕੱਟੜ ਇਮਾਨਦਾਰ ਹੈ, ਕਾਹਦੇ ਲਈ ਡਰਦਾ? ਚਲੇ ਜਾ ਝੂਠ ਕਰਾ ਉਹਨਾਂ ਨੂੰ, ਝੂਠ ਈਡੀ ਝੂਠ ਬੋਲਦੀ ਹੈ, ਦੱਸ ਕੇ ਆ ਜਾ। ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਆ ਨਾ, ਕੇਜਰੀਵਾਲ ਸਾਹਿਬ ਤਾਂ ਐਵੇਂ ਮਾਰਦੇ ਆ, ਮੈਂ ਤੁਹਾਨੂੰ ਕਹਿੰਦਾ ਮੇਰੇ 'ਤੇ ਐਫ ਆਈ ਆਰ ਗਲਤ ਹੋਈ ਹੈ, ਇਲੀਗਲ ਹੈ। ਔਰ ਅੱਜ ਮੈਂ ਆਹ ਕਾਗਜ਼ ਨਹੀਂ ਮੇਰੇ, ਅੱਜ ਮੈਂ ਲਿਖਤੀ ਲਿਆਇਆ ਕਿ ਜਿਸ ਨੇ ਮੇਰੇ 'ਤੇ ਆਹ ਚੱਟੋਪਾਧਿਆ ਸਾਹਿਬ, ਮੈਂ ਪਿਛਲੀ ਵਾਰੀ ਵੀ ਦੱਸੀ ਸੀ, ਆਹ ਅਗਲਾ ਕਾਗਜ਼ ਨਹੀਂ ਮੇਰਾ ਵੀ, ਅਗਲਾ ਉਤਲਾ ਨਹੀਂ ਉਤਲਾ, ਹੋਰ ਨਾ ਕੁਝ ਕੱਢ ਲਈ ਗੱਡੀ 'ਚੋਂ ਯਾਰ। ਆ ਮੈਂ ਜਿਹੜਾ ਚਿੱਠਾ ਲੈ ਕੇ ਆਇਆ ਆ ਚੱਟੋਪਾਧਿਆ ਦੀ, ਮੈਂ ਸਪਸ਼ਟ ਤੁਹਾਨੂੰ ਕਹਿ ਰਿਹਾ, ਜਿਹੜਾ ਚੱਟੋਪਾਧਿਆ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ 'ਚ ਸ਼ਾਮਿਲ ਹੋ ਸਕਦਾ, ਜਿਹੜਾ ਚੱਟੋਪਾਧਿਆ ਸੁਪਰੀਮ ਕੋਰਟ ਦਾ ਰਿਜੈਕਟਡ ਮਾਲ ਹੋਵੇ, ਜਿਹੜਾ ਚੱਟੋਪਾਧਿਆ UPSC ਦਾ ਰਿਜੈਕਟ ਹੋਵੇ, ਜਿਹੜਾ ਚੱਟੋਪਾਧਿਆ VP ਸਿੰਘ ਇੱਕ PO ਨੂੰ ਗਨਮੈਨ ਦੇ ਸਕਦਾ, ਸਿਕਿਉਰਿਟੀ ਦੇ ਸਕਦਾ, ਜਿਸਨੇ ਕਿਸੇ ਧੀ ਭੈਣ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਹੋਵੇ, ਜਿਹੜਾ ਚੱਟੋਪਾਧਿਆ ਸਰਬਜੀਤ PO ਨੂੰ ਬਿਠਾ ਕੇ ਰੋਟੀ ਖਵਾ ਕੇ ਪੁਲਿਸ ਅਫਸਰ ਲਾ ਸਕਦਾ, ਜਿਹੜਾ ਚੱਟੋਪਾਧਿਆ ਲੁਧਿਆਣੇ ਦੇ ਕੋਰਟ ਕੰਪਲੈਕਸ 'ਚ ਬੰਬ ਬਲਾਸਟ ਇੱਕ ਦਿਨ 'ਚ ਕਰਾ ਸਕਦਾ, ਉਹ ਕੁਛ ਕਰ ਸਕਦਾ। ਔਰ ਮੈਂ ਅੱਜ ਸਪਸ਼ਟ ਕਹਿ ਕੇ ਜਾ ਰਿਹਾ ਕਿ ਇਹ ਜਿਹੜਾ ਮੇਰੇ 'ਤੇ ਪਰਚਾ ਕੀਤਾ ਸੀ ਚੱਟੋਪਾਧਿਆ ਨੇ, ਕਿਉਂਕਿ ਇਹ ਪਰਚਾ ਹੋ ਨਹੀਂ ਸਕਦਾ ਸੀ, ਇਹ ਪਰਚਾ ਆਲਰੇਡੀ ਕੋਰਟ 'ਚ ਸੈਟਲਡ ਸੀ, ਕੋਰਟ ਦੀ ਰੂਲਿੰਗ ਆਈਆਂ ਹੋਈਆਂ ਨੇ, ਮੈਟਰ ਰੀਇਨਵੈਸਟੀਗੇਟ ਫਰਦਰ ਇਨਵੈਸਟੀਗੇਟ ਹੋਇਆ ਹੋਇਆ ਥਰੂ ਕੋਰਟ ਆਰਡਰਸ, ਮਗਰ ਇਹ ਇਲੀਗਲ ਕੰਮ ਕਰਨ ਵਾਸਤੇ ਚੱਟੋਪਾਧਿਆ ਨੂੰ ਫੇਵਰ ਵੀ ਦਿੱਤਾ ਗਿਆ, ਆਊਟ ਆਫ ਟਰਨ DGP ਲਾਇਆ ਗਿਆ, 22 ਦਿਨ ਉਹ DGP ਰਹੇ, ਔਰ ਇਸ ਨੂੰ ਕਰੋੜਾਂ ਰੁਪਈਆ ਪੈਸਾ ਦਿੱਤਾ ਗਿਆ, ਜਿਹੜਾ ਪੈਸਾ ਉਹਦੀ ਦੀ ਜਾਂਚ ਦੀ ਅੱਜ ਮੈਂ ਮੰਗ ਕਰਨ ਵਾਸਤੇ ਇਸ SIT ਕੋਲ ਆਇਆ ਕਿ ਭਾਈ ਨੋਬਡੀ ਹੈਜ਼ ਦਾ ਰਾਈਟ, ਜਿਹਨੇ ਵਰਦੀ ਪਾ ਲਈ ਹੋਵੇ ਉਹ ਕਾਨੂੰਨ ਦਾ ਰਖਵਾਲਾ ਹੈ, ਕਾਨੂੰਨ ਨਹੀਂ ਤੋੜ ਸਕਦਾ ਚੰਨੀ ਨੂੰ ਖੁਸ਼ ਕਰਨ ਵਾਸਤੇ ਜਾਂ ਕਿਸੇ ਹੋਰ ਨੂੰ ਖੁਸ਼ ਕਰਨ ਵਾਸਤੇ। ਇਸ ਲਈ ਜਿਸ DGP ਨੂੰ ਸੁਪਰੀਮ ਕੋਰਟ ਦੀ ਬੈਠੀ ਕਮੇਟੀ ਨੇ, ਇੰਦੂ ਮਲਹੋਤਰਾ ਜੀ ਨੇ ਗਿਲਟੀ ਪਾਇਆ, ਔਰ ਅੱਜ ਉਹ ਚਾਰਜ ਸ਼ੀਟਡ ਹੈ ਫਾਰ ਮੇਜਰ ਪੈਨਲਟੀ, ਉਹ ਕਿਹੜੇ ਕਿਹੜੇ ਗਲਤ ਕੰਮ 22 ਦਿਨਾਂ 'ਚ ਕਰ ਗਿਆ, ਉਹਦੀ ਸਭ ਦੀ ਜਾਂਚ ਹੋਵੇ ਔਰ ਉੱਤੇ ਪਰਚਾ ਦਰਜ ਹੋਵੇ, ਔਰ ਜਿਹੜੇ ਪੈਸੇ ਲੈ ਕੇ ਉਹਨੇ ਪਰਚੇ ਕੀਤੇ ਆ VP ਸਿੰਘ ਨਾਲ ਰਲ ਮਿਲ ਕੇ ਜਾਇਦਾਦਾਂ ਬਾਹਰ ਬਣਾਈਆਂ, ਉਹਦੀ ਵੀ ਇਨਕੁਆਇਰੀ ਹੋਵੇ। ਹੁਣ ਮੈਂ ਜਾਇਆ ਉਹ ਉਡੀਕਦੇ ਸੁੱਖ ਨਾ ਜਾਣ, ਉਡੀਕਦੇ ਧਿਆਨ ਭਟਕਾਊ ਮੁੱਦੇ ਨੇ ਜੀ, ਇਨਕੁਆਇਰੀ ਕਾਹਦੀ ਹੁੰਦੀ ਆ, ਕਾਰਵਾਈ ਕਰੇ, ਐਵੇਂ ਫਜ਼ੂਲ ਦੀਆਂ ਗੱਲਾਂ ਨੇ ਇਹਦੀਆਂ ਸਭ, ਜਦ ਇਹਨੂੰ ਕੋਈ ਨੀ ਗੱਲ ਮਿਲਦੀ ਤੇ ਧਿਆਨ ਭਟਕਾਊ ਨੂੰ ਮੌਕਾ ਮਿਲ ਜਾਂਦਾ, News 18 ਖਬਰ ਚਲਾ ਦਿੰਦੀ ਆ, ਹੋਰ ਕੁਝ ਨਹੀਂ ਹੁੰਦਾ ਮੇਰਾ ਵੀ। ਥੈਂਕ ਯੂ। ਤਾਂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੱਡੇ ਸਵਾਲ ਸਿਧਾਰਥ ਚੱਟੋਪਾਧਿਆ ਸਾਬਕਾ DGP ਪੰਜਾਬ ਦੇ ਲੈ